ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਰਤੀ ਮੂਲ ਨਿਵਾਸੀ ਫਰੰਟ ਗੁਰਦਾਸਪੁਰ ਵੱਲੋਂ ਸੰਤ ਕਬੀਰ ਪੰਥੀ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇਲਾਕੇ ਦੇ ਸਹਿਯੋਗ ਨਾਲ ਪਿੰਡ ਬਹਿਰਾਮਪੁਰ ਤੋਂ ਇੱਕ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ, ਕਿਉਂਕਿ ਦੀਨਾਨਗਰ ਦੇ ਵੱਖ ਵੱਖ ਪਿੰਡਾਂ ਚੋਂ ਹੁੰਦਾ ਹੋਇਆ ਗੁਰਦਾਸਪੁਰ ਪੁੱਜਿਆ। ਜੋ ਡਾਕਟਰ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੇ ਜੋ ਸੰਵਿਧਾਨ ਨੂੰ ਇਹ ਮਨੁਵਾਦੀ ਲੋਕ ਜਿਹੜੇ ਨੇ ਇਹ ਉਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ, ਜੋ ਐਸਸੀ ਐਸਟੀ ਐਕਟ ਨੂੰ ਇਹ ਖਤਮ ਕਰ ਰਹੇ ਨੇ, ਜੋ ਸੁਪਰੀਮ ਕੋਰਟ ਦੇ ਉਸ ਦੇ ਕਹਿਣ ਦੇ ਉੱਤੇ ਕਰ ਰਹੇ ਨੇ ਸਭ ਕੁਝ, ਮੋਦੀ ਦੇ ਕਹਿਣ 'ਤੇ ਸੁਪਰੀਮ ਕੋਰਟ ਜੋ ਕਰ ਰਿਹਾ ਆ, ਇਸ ਨੂੰ ਅਸੀਂ ਆਪਣੀ ਜਾਨ ਦੇ ਕੇ ਵੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੇ ਸਾਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ ਤਾਂ ਅਸੀਂ ਆਪਣੀ ਜਾਨ ਦੇ ਕੇ ਵੀ ਇਸ 'ਤੇ ਸੰਵਿਧਾਨ ਦੀ ਬਾਬਾ ਸਾਹਿਬ ਦੀ ਰੱਖਿਆ ਕਰਾਂਗੇ। ਅੱਜ ਬਾਬਾ ਸਾਹਿਬ ਦਾ 127ਵਾਂ ਸਾਲਾ ਜਨਮ ਦਿਹਾੜਾ ਹੈ। ਇਸ ਦੇ ਸੰਬੰਧ ਦੇ ਵਿੱਚ ਜੋ ਨੌਜਵਾਨ ਵੀਰਾਂ ਨੇ ਚੇਤਨਾ ਮਾਰਚ ਬਹਿਰਾਮਪੁਰ ਤੋਂ ਕੱਢ ਕੇ ਦੀਨਾਨਗਰ ਤੋਂ ਗੁਰਦਾਸਪੁਰ ਵਿਖੇ ਸਮਾਪਤੀ ਹੋਏਗੀ, ਸਾਡਾ ਇਹੀ ਸਾਰੇ ਸਮਾਜ ਨੂੰ ਚੇਤਨਾ ਮਾਰਚ ਹੈ ਕਿ ਜੋ ਡਾਕਟਰ ਸਾਹਿਬ ਨੇ ਸਾਨੂੰ ਸੰਵਿਧਾਨ ਬਖਸ਼ਿਆ ਹੈ, ਅਸੀਂ ਉਸ ਦੀ ਆਪਣੀ ਜਾਨ ਵਾਰ ਕੇ ਵੀ ਰਾਖੀ ਕਰਾਂਗੇ। ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਮੁੱਖ ਰੱਖ ਕੇ ਮਾਰਚ ਜਿਹੜਾ ਹੈ ਪਿੰਡ ਬਹਿਰਾਮਪੁਰ ਤੋਂ ਲੈ ਕੇ ਦੀਨਾਨਗਰ ਗੁਰਦਾਸਪੁਰ ਪੂਰਨ ਸਮਾਪਤੀ ਹੋਏਗੀ। ਇਹ ਮਾਰਚ ਜੋ ਅਸੀਂ ਦਰਸਾਉਣਾ ਚਾਹੁੰਦੇ ਹਾਂ, ਜਿਹੜੇ ਮਨੁਵਾਦੀਏ ਲੋਕ ਜਿਹੜੇ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਛੇੜਛਾੜ ਕਰ ਰਹੇ ਨੇ, ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਮੂਲ ਨਿਵਾਸੀ ਸਾਰੇ ਕਿੱਥੇ ਹਾਂ ਔਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਸੋਧ 'ਤੇ ਜਿਹੜਾ ਅਸੀਂ ਤਤਪਰ ਪਹਿਰਾ ਦੇਵਾਂਗੇ ਔਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਕਿਸੇ ਵੀ ਮਨੁਵਾਦੀਆਂ ਨੂੰ ਛੇੜਛਾੜ ਨਹੀਂ ਕਰ ਦੇਵਾਂਗੇ। ਇਹ ਸਾਡਾ ਮੇਨ ਮਕਸਦ ਹੈ।